जी स्वागत है दोस्तों तुहाडा अपने यूट्यूब चैनल रिस्पैक्ट फार्मा टीवी ते। ये अज दी वीडियो जी खास डिक्कां बारे है। कई भरावां नूं जी शौक हुंदा ते पैसा थोड़ा जिहा मार्केट च ज़्यादा आ डिक्कां दा, ये जिहड़ा रेट आ बहुत ज़्यादा आ 40-40 हज़ार दा, 20 तों जाणी स्टार्टिंग हुंदी डिक्कां दी। सो उन्हां भरावां वास्ते ये बहुत खास वीडियो जी, क्योंकि वधिया डैक घट पैसा च आपां नूं एडा डैक मिलदा जी मार्केट दे हिसाब ते। 11,500 रुपये च ये डैक आपां नूं मिला जी। 15 इंची च स्पीकर है तो 12 इंची वूफर वर्गी इन्हों की आवाज़ हैगी है जी। सो जे किसी भरा ने वूफर वाला ज़्यादा पैसा वाला डैक लाना हो भी उत्थे अवेलेबल है जी, होलसेल रेट पर मिलने अपन डैक। तो आ जाओ फिर आप धूरी चलते हैं तो उत्थे तुहानू दिखाउणे आ बाई होरां दी फुल क्वालिटी। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਆਪਣਾ ਨਾਮ ਜੀ? ਅਨੀਸ਼ ਕਰਕੇ ਨਾਮ ਹੈ ਜੀ ਮੇਰਾ। ਠੀਕ ਹੈ ਜੀ। ਤੁਹਾਡੀ ਦੁਕਾਨ ਹੈ ਜੀ? ਹਾਂਜੀ ਹਾਂਜੀ ਸਾਡੀ ਹੈ ਜੀ। ਠੀਕ ਹੈ ਜੀ। ਅਤੇ ਬਾਈ ਜੀ ਕਿੰਨੇ ਸਮੇਂ ਤੋਂ ਤੁਹਾਡੀ ਦੁਕਾਨ ਹੈ ਜੀ? 35 ਸਾਲ ਤੋਂ ਕੰਮ ਕਰ ਰਿਹਾ ਜੀ। ਅੱਛਾ ਜੀ। ਮੇਰੇ ਫਾਦਰ ਸਾਹਿਬ ਠੀਕ ਹੈ ਕੰਮ ਕਰਦੇ ਨੇ। ਠੀਕ ਹੈ ਜੀ। ਅਤੇ ਮੈਂ ਉਹਨਾਂ ਨਾਲ ਇੱਕ ਤਰ੍ਹਾਂ ਦਾ ਹੈਲਪਰ ਜੋਬ ਕਰਦਾ। ਠੀਕ ਹੈ ਜੀ। ਅਤੇ ਕੰਮ ਕਰਦਾ। ਠੀਕ ਹੈ ਜੀ। ਅਤੇ ਬਾਕੀ 35 ਸਾਲ ਹੋ ਗਏ, ਪਹਿਲਾਂ ਅਸੀਂ ਰੇਡੀਓ ਆਉਂਦੇ ਨੇ ਪੁਰਾਣੇ ਉਹਨਾਂ ਨਾਲ ਜੁੜੇ। ਠੀਕ ਹੈ। ਫਿਰ ਉਦੋਂ ਬਾਅਦ ਕੈਸਟਾਂ ਆਈਆਂ, ਕੈਸਟਾਂ ਨਾਲ ਜੁੜੇ, ਫਿਰ ਸੀਡੀਆਂ ਆਈਆਂ, ਫਿਰ ਡੀਵੀਡੀਆਂ ਆਈਆਂ। ਠੀਕ ਹੈ। ਹੁਣ ਜ਼ਮਾਨਾ ਤੁਹਾਨੂੰ ਪਤਾ ਚਿੱਪ ਦਾ। ਹਾਂਜੀ ਹਾਂ। ਚਿੱਪ ਬਲੂਟੁੱਥ ਦੇ ਟਰੈਕਟਰ ਮਿਊਜ਼ਿਕ ਸਿਸਟਮ ਦਾ। ਹਾਂਜੀ। ਉਹ ਕੰਮ ਅਸੀਂ ਪਹਿਲਾਂ ਜਿਹੜਾ ਕੰਮ ਸੀ ਉਹ ਅਸੀਂ ਕਾਫੀ ਟਾਈਮ ਪੁਰਾਣਾ ਕਰ ਰਹੇ ਹਾਂ। ਪਹਿਲਾਂ ਸਿਰਫ ਹੋਲਸੇਲ ਕਰਦੇ ਸੀ। ਅੱਛਾ ਜੀ। ਮਤਲਬ ਕਿਸੇ ਕਸਟਮਰ ਨੂੰ ਨਹੀਂ ਦਿੰਦੇ ਸੀ, ਰਿਟੇਲ ਬੰਦੇ ਨੂੰ ਨਹੀਂ ਦਿੰਦੇ ਸੀ। ਠੀਕ ਹੈ। ਹੁਣ ਅਸੀਂ ਸਾਰਾ ਕੰਮ ਸਟਾਰਟ ਕਰਤਾ, ਰਿਟੇਲਰ ਵੀ, ਹੋਲਸੇਲਰ ਵੀ, ਸਾਰਾ ਕੁਝ, ਸਾਰਿਆਂ ਨੂੰ ਬੰਦਿਆਂ ਨੂੰ ਹੋਲਸੇਲ ਤੇ ਸਮਾਨ ਦਿੰਦੇ ਹਾਂ। ਠੀਕ ਹੈ। ਹਾਂ, ਰੇਟ ਤਾਂ ਵਾਕਈ ਦੋਸਤੋ ਬਹੁਤ ਜਾਇਜ਼ ਆ। ਸੋ ਤੁਹਾਨੂੰ ਆਪਣੇ ਵੀਡੀਓ ਦੇ ਨਾਲ ਬਣੇ ਰਹੋ, ਜਿਵੇਂ ਜਿਵੇਂ ਸੈੱਟ ਦਿਖਾਵਾਂਗੇ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ, ਤੁਹਾਨੂੰ ਆਪੇ ਪਤਾ ਲੱਗ ਜੂ ਵੀ ਰੇਟ ਵਾਕਈ ਜਾਇਜ਼ ਆ। ਸੋ ਐਂ ਨਾ ਸਮਝੋ ਜੇ ਵੀ ਜੇ ਸਸਤੇ ਆ ਡੈੱਕ ਤਾਂ ਕੁਆਲਿਟੀ ਨਹੀਂ ਹੋਣੀ, ਕੁਆਲਿਟੀ ਬਿਲਕੁਲ ਪੂਰੀ ਧਮਾਕੇ ਦਾ ਕੁਆਲਿਟੀ ਆ। ਆਪਣੇ ਮੈਂ ਆਪਣੇ ਡੈੱਕ ਟਰੈਕਟਰ 'ਤੇ ਡੈੱਕ ਯੂਜ ਕਰ ਰਿਹਾ ਜੀ 7-8 ਮੰਥ ਤੋਂ। ਅਤੇ ਆ ਜਾਓ ਫਿਰ ਆਪਾਂ ਤੁਹਾਨੂੰ ਉੱਪਰ ਬਾਈ ਹੋਰਿਆਂ ਦਾ ਜਿਹੜਾ ਜਿੱਥੇ ਤਿਆਰ ਕਰਦੇ ਆ ਸਾਰਾ ਪ੍ਰੋਪਰ ਕੰਮ ਦਿਖਾਉਣੇ ਆ। ਹਾਂਜੀ ਬਾਈ ਜੀ, ਤੇ ਸਾਨੂੰ ਦਿਖਾਓ ਆਪਣੇ ਸੈੱਟ ਕਿਹੜੇ ਕਿਹੜੇ ਤੁਸੀਂ ਸੈੱਟ ਤਿਆਰ ਕਰਦੇ ਆ? ਇਹ 8 ਇੰਚੀ ਤੋਂ ਲੈ ਕੇ ਤਿਆਰ ਕਰਦੇ? 8 ਇੰਚੀ ਆਓ ਦਿਖਾਓ ਵੀਰੇ। ਇਹ 8 ਇੰਚੀ ਸੈੱਟ ਹੈ। ਅੱਛਾ ਜੀ। ਇਹ ਤਿਆਰ ਕਰਦੇ ਆ ਪੂਰਾ ਵਧੀਆ ਕੁਆਦ, ਦੇਖੋ ਲੱਕੜ ਦੀ ਬਿਲਟ ਕੁਆਲਿਟੀ ਬਾਹਲੀ ਜ਼ਿਆਦਾ ਵਧੀਆ। ਹਾਂਜੀ, ਸਾਰਾ ਕੁਝ ਵਧੀਆ ਯੂਜ਼ ਕਰਦੇ ਹਾਂ ਅਸੀਂ। ਠੀਕ ਹੈ ਜੀ। ਇਹ ਨੀਅਰ ਅਬਾਊਟ 2400 ਰੁਪਏ ਦਾ ਸੈੱਟ ਹੈ। ਅੱਛਾ, ਇਹ 2400 ਤੋਂ ਸਟਾਰਟਿੰਗ ਹੈ ਜੀ? ਹਾਂ, 8 ਇੰਚ ਨਾ, 2400 ਦਾ ਬੈਸਟ ਸਿਸਟਮ ਹੈ। ਬੈਸਟ, ਠੀਕ ਹੈ। ਹਾਂ, ਬੈਸਟ ਜੀ। ਹਾਂ ਹਾਂ, ਵੀ ਇਹ 2400 ਤੋਂ 8 ਇੰਚੀ ਸਟਾਰਟ ਹੋ ਜਾਂਦੇ ਆ। ਹਾਂ, ਠੀਕ ਹੈ। 8 ਇੰਚੀ ਜੀ? ਹਾਂ। ਅਤੇ ਜਿਹੜੇ 10 ਇੰਚੀ ਹੈ ਜੀ? 10 ਇੰਚੀ ਦੇ ਦੋ ਤਿਆਰ ਕਰਦੇ ਹਾਂ, ਇੱਕ ਆਹ ਪਿਆ ਇਹ 5500 ਰੁਪਏ ਦਾ ਅਤੇ 72-94 120 mm ਹੁੰਦੇ ਨੇ। ਠੀਕ ਹੈ ਜੀ। ਇਹ ਸਪੀਕਰ ਲਾ ਕੇ ਹਾਂਜੀ ਉਹ ਤਿਆਰ ਕਰਦੇ ਹਾਂ, 72-94 ਦੀ ਕੁਆਲਿਟੀ ਹੁੰਦੀ ਹੈ। ਠੀਕ ਹੈ ਜੀ। ਇਹ 72-94 ਬੋਰਡ ਨੰਬਰ ਹੁੰਦਾ ਜੀ? ਹਾਂ, ਬੋਰਡ ਦਾ ਹੁੰਦਾ, ਬੋਰਡ ਆਈਸੀ ਹੁੰਦਾ, ਜਿਹੜੇ ਨਾਮ ਤੋਂ ਵਿਕਦੇ ਨੇ ਮਾਰਕੀਟ 'ਚ, ਲੋਕ ਜਾਣਦੇ ਨੇ ਕਿ ਆਹ 72-94 ਦੀ ਕੁਆਲਿਟੀ। ਇਹ 10 ਇੰਚੀ ਤੇ ਹੋਰ ਬੋਰਡ ਵੀ ਲਾ ਦਿੰਦੇ ਆ ਤੁਸੀਂ ਕਿ ਇਹ 1953 ਬੋਰਡ ਆਉਂਦਾ, ਉਹ ਆਬਸੋਲੀਟ ਹੋ ਚੁੱਕਿਆ, ਉਹ ਪੁਰਾਣਾ ਹੋ ਗਿਆ ਹੁਣ। ਠੀਕ ਹੈ ਜੀ। ਹੁਣ ਇਹ ਨਵਾਂ ਮਾਡਲ ਹੈ? ਨਵਾਂ ਨਾ, ਨਵੇਂ ਤਾਂ ਉਦੋਂ ਇਦੋਂ ਬਾਅਦ ਲੇਟੈਸਟ ਟੈਕਨੋਲੋਜੀ ਦਾ 9940 ਆ ਗਈ। ਅੱਛਾ, 9940 ਉਹ ਵੀ ਲਾਉਣੇ ਆ ਤੁਸੀਂ? ਹਾਂ, 9940 ਜਿਵੇਂ ਆਹ ਦੇਖੋ, ਆਹ 10 ਇੰਚ। ਅੱਛਾ ਜੀ। 10 ਇੰਚੀ 9940 135 ਇੱਕ ਆਹ ਅਤੇ ਆਹ 8400 ਰੁਪਏ ਪੱਟੀ। ਆਹ ਦੋ ਪ੍ਰੋਜੈਕਟਾਂ ਕਰਕੇ ਅਸੀਂ ਜ਼ਿਆਦਾ ਫੇਮਸ ਆ ਪੂਰੇ। ਠੀਕ ਹੈ, ਠੀਕ ਇੰਡੀਆ 'ਚ। ਠੀਕ ਹੈ ਜੀ। ਇਹਨਾਂ ਨੇ ਸਾਡਾ ਨਾਮ ਬਣਾਇਆ ਯਾਰ, ਸਿੱਧੀ ਗੱਲ ਆਪਾਂ ਜਿਹੜੇ ਸੈੱਟ ਜ਼ਿਆਦਾ ਦੋਸਤੋ ਚੱਲੇ, ਇਹ ਦੋਵਾਂ ਸਿੱਟਾਂ ਕਰਕੇ ਆਪਣਾ ਬਾਈ ਹੋਰਿਆਂ ਨੂੰ ਹਰੇਕ ਬੰਦਾ ਜਾਣਨ ਲੱਗਿਆ। ਮੈਂ ਵੀ ਇਹ ਬਾਈ ਹੋਰਾਂ ਦੀਆਂ ਇਹ ਵੀਡੀਓ ਦੇਖ ਕੇ ਅਤੇ ਇੱਥੋਂ ਮੈਨੂੰ ਵੀ ਬਾਈ ਹੋਰਾਂ ਦਾ ਪਤਾ ਲੱਗਿਆ ਸੀ। ਇਹ 9940 ਬੋਰਡ ਇਹ ਦੋ ਸਿੱਟਾਂ 'ਤੇ ਲਾਉਂਦੇ ਆ, ਇਹ 10 ਇੰਚੀ ਹੈ ਜੀ, ਇਹ 12 ਇੰਚੀ। ਠੀਕ ਹੈ ਜੀ। ਇਹਦਾ ਇਹ 8400 ਰੁਪਏ ਦਾ? ਹਾਂ, ਇਹ 6200 ਰੁਪਏ ਦਾ। ਇਹ 8400 ਰੁਪਏ ਦਾ ਸੈੱਟ ਹੈ ਜੀ, ਪੂਰੀ ਵਧੀਆ ਕੁਆਲਿਟੀ 'ਚ। ਇਹ 6700 ਦਾ? 6200 ਫੁੱਲ ਗਰੰਟੀ ਹੈ, ਕੋਈ ਕੰਪਲੇਂਟ ਨਹੀਂ, ਜ਼ੀਰੋ, ਓਵਰਆਲ ਇੰਡੀਆ ਮਾਲ ਜਾ ਰਿਹਾ ਇਹਦਾ। ਹਾਂਜੀ ਹਾਂ, ਠੀਕ ਹੈ ਜੀ। ਅਤੇ ਇਹ ਬਾਈ ਜੀ ਆਪਣਾ ਪੈਕਿੰਗ ਕਰਕੇ ਰੱਖੀ? ਇਹ ਪੈਕਿੰਗ ਇਹ ਗੁਜਰਾਤ ਮਾਲ ਭੇਜਣਾ ਹੈ। ਅੱਛਾ ਜੀ, ਉਹਦੀ ਪੈਕਿੰਗ ਹੈ, ਦੂਰ ਤਾਂ ਹੀ ਜਾਂਦਾ। ਠੀਕ ਹੈ ਜੀ। ਅਤੇ ਇਹ ਕਿਹੜਾ ਸੈੱਟ ਭੇਜ ਰਹੇ ਹੋ ਤੁਸੀਂ? ਇਹ 'ਚ ਇੱਕ ਵੂਫਰ ਹੈ, ਇੱਕ ਇਹ 15 ਇੰਚੀ ਹੈ, ਉਹ 'ਚ ਇੱਕ ਵੂਫਰ, 4 ਸਪੀਕਰ ਨੇ। ਅੱਛਾ, 15 ਇੰਚੀ ਹੈ। ਅੱਛਾ ਜੀ, ਹਾਂ ਠੀਕ ਹੈ। ਇਹ ਵੀ ਗੁਜਰਾਤ ਹੀ ਜਾਣੇ? ਹਾਂ, ਇਹ ਵੀ ਗੁਜਰਾਤ ਹੀ ਜਾਣੇ। ਠੀਕ ਹੈ ਵੀਰੇ। ਅਤੇ ਇਹਨਾਂ ਬਾਰੇ ਦੱਸੋ ਜੀ। ਇਹ ਸਾਰੀ ਇਹੀ ਉਹੀ ਪੇਟੀ ਆ ਜਿਹੜਾ ਤੁਹਾਨੂੰ ਕਹਿੰਦੇ 9940 ਸਾਡਾ ਫੇਮਸ ਪ੍ਰੋਜੈਕਟ। 9940 ਲੈ, ਠੀਕ ਹੈ। ਇਹਦੇ 'ਚ ਆਪਾਂ ਨੂੰ 15 ਇੰਚੀ ਵੀ ਮਿਲ ਜਾਂਦਾ? ਹਾਂ, 15 ਇੰਚੀ ਵੀ ਮਿਲ ਜਾਂਦਾ। ਠੀਕ ਹੈ। ਇਹ 15 ਇੰਚੀ ਹੈ। ਇਹ ਆਪਾਂ ਨੂੰ ਕੀ ਰੇਟ ਪੈਂਦਾ ਜੀ? ਇਹ 11500 ਦਾ। 11500 ਪਰ ਐਂ ਕੁਆਲਿਟੀ ਇੱਕਦਮ। ਠੀਕ ਹੈ, ਕੁਆਲਿਟੀ ਵਧੀਆ। ਕੁਆਲਿਟੀ ਮਤਲਬ ਐਂ ਕਿ ਰੇਟ ਦੇ ਨਾਲ। ਜੇ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ, ਜਿਹਦੇ 'ਚ ਚੰਗਾ ਮਾੜਾ ਅਗਲੇ ਨੇ ਬਣਾਉਣਾ ਹੋਵੇ ਤੁਸੀਂ, ਕਿ ਤੁਹਾਡੇ ਮੈਨੂੰ ਫੁੱਲ ਹੈਵੀ ਜੀ ਹੈ? ਪੂਰਾ ਵਧੀਆ ਯਾਰ, ਮਤਲਬ ਅਸੀਂ ਪ੍ਰੋਡਕਟ ਉਹ ਬਣਾਉਂਦੇ ਹਾਂ ਜਿਹਦੀ ਲਾਈਫ ਹੋਵੇ। ਹਾਂਜੀ ਹਾਂ, ਨਾਲ ਕੁਆਲਿਟੀ ਦੇ ਨਾਲ ਲਾਈਫ ਹੋਵੇ। ਠੀਕ ਹੈ। 2-4 ਮਹੀਨੇ ਛੱਡ ਕੇ ਉਹ ਅਸੀਂ ਕੰਮ ਕਰਦੇ ਹਾਂ। 2-4 ਮਹੀਨੇ ਤੇ
ਬਈ ਜੀ ਆਪਣਾ 11500 ਦਾ ਹੀ ਆਉਂਦਾ 15 ਇੰਚੀ ਦਾ ਠੀਕ ਹੈ ਤੇ ਇਸ ਤੋਂ ਵੱਡਾ 18 ਇੰਚੀ ਤਾਂ ਨਹੀਂ ਕਰਦੇ ਨਾ ਨਾ 15 ਇੰਚੀ ਉਦੋਂ ਬਾਅਦ ਆ ਜਿਵੇਂ ਹੁਣ ਲੋਕਾਂ ਦੀ ਡਿਮਾਂਡ ਤੇ ਆ ਸਿਲਵਰ ਪੇਟੀ ਤਿਆਰ ਕਰਨ ਲੱਗੇ ਸਿਲਵਰ ਬਹੁਤ ਚੱਲਦੀ ਹੈ ਹੁਣ ਅੱਜ ਕੱਲ ਇਹ ਚੱਲਣ ਇਹਦੇ ਮੋਨੋ ਐਂਪ ਨਾਲ ਚੱਲਣ ਲੱਗੀ ਤਾਂ ਉਹ ਤਿਆਰ ਕਰਨ ਲੱਗੇ ਹੋਏ ਆ ਮੋਨੋ ਐਂਪ ਦੇ ਕੁਆਲਿਟੀ ਕੱਢ ਰਹੇ ਆ ਕਿਵੇਂ ਨਹੀਂ ਆ ਹੁਣ ਜਿਵੇਂ ਕੱਲ ਬਾਈ ਆਏ ਸੀ ਮਾਨਸੇ ਤੋਂ ਲੈ ਗਏ ਅੱਛਾ ਜੀ ਤੇ ਹੁਣ ਫਿਰ ਹੁਣ ਜਿਹੜੀ ਹੁਣ ਅੱਜ ਬੰਦੇ ਆ ਰਹੇ ਨੇ ਉਹ ਝੱਜਰ ਤੋਂ ਲੈਣ ਆ ਰਹੇ ਨੇ ਹਰਿਆਣੇ ਤੋਂ ਇਹ ਪੇਟੀ ਲੈਣ ਆ ਪੇਟੀ ਤਿਆਰ ਕਰ ਰਹੇ ਆ ਅਸੀਂ ਠੀਕ ਹੈ ਜੀ ਇਹਦੇ ਵਿੱਚ ਜਿਵੇਂ 2 1500 ਵਾਟ ਲਾ ਕੇ ਹਾਂਜੀ ਵਧੀਆ 4 ਸਪੀਕਰ ਇੱਕ 150 ਰੁਪਏ ਦਾ ਇੱਕ 400 ਰੁਪਏ ਦਾ ਹੈਵੀ ਸਪੀਕਰ ਹੁੰਦਾ ਆਹ ਵਾਲਾ ਠੀਕ ਹੈ ਜੀ ਇਹ ਲੈਣੇ ਇਹਦੇ ਵਿੱਚ ਆਹ ਪਲਾਸਟਿਕ ਉਹਨਾਂ ਦੀ ਕੁਆਲਿਟੀ ਹੁੰਦੀ ਹੈ ਮਤਲਬ ਤਿੱਖਾਪਨ ਨਹੀਂ ਆਉਂਦਾ ਸਾਊਂਡ ਕੁਆਲਿਟੀ ਨਿਕਲਦੀ ਹੈ ਸਾਊਂਡ ਪਿਓਰਟੀ ਠੀਕ ਹੈ ਜੀ ਆਹ ਉਹ ਇੱਕ ਤਾਂ ਜਿਵੇਂ ਆਪਣੇ ਆਮ ਲੱਗੇ ਹੁੰਦੇ ਉੱਪਰ ਜਾਲੀਆਂ ਲੱਗੀਆਂ ਹੁੰਦੀਆਂ 6 ਇੰਚੀ ਹਨਾ ਜਿਵੇਂ ਮੇਰੇ ਪਹਿਲਾਂ ਡੈਕ ਲੱਗਿਆ ਸੀ ਪਹਿਲਾਂ ਬੂਫਰਾਂ ਵਾਲਾ ਤੇ ਉਹ ਚ ਮੈਂ 150 ਦੇ ਲੈ ਕੇ ਪਾ ਦੇਣੇ ਉਹ 5-4 ਮੰਥ ਮਹਾ ਚੱਲਦੇ ਹਾਂ ਹਾਂ ਇਹ ਹੁਣ ਇੰਪਰੂਵ ਕੀਤੀ ਆ ਪਹਿਲਾਂ ਤਾਂ ਦੇਖਾਈ ਝੂਠ ਨਹੀਂ ਬੋਲਦੇ ਪਹਿਲਾਂ ਅਸੀਂ ਵੀ 150 ਵਾਲੇ ਪਾਏ ਨੇ ਹੁਣ ਇੰਪਰੂਵ ਜੋ ਜੋ ਟਾਈਮ ਵਧੀ ਜਾਂਦਾ ਆਰ&ਡੀ ਕਰੀ ਜਾਂਦੇ ਰਿਸਰਚ ਕਰੀ ਜਾਂਦੇ ਆ ਪ੍ਰੋਡਕਟ ਉੱਤੇ ਜਿਵੇਂ ਜਿਵੇਂ ਕੁਆਲਿਟੀ ਵਧੀ ਜਾਂਦੀ ਕੁਆਲਿਟੀ ਵਧੀਆ ਨਿਕਲ ਜਾਂਦੀ ਉਵੇਂ ਉਵੇਂ ਅਪਲਾਈ ਕਰੀ ਜਾਂਦੇ ਉਹਨਾਂ ਦੇ ਪ੍ਰੋਡਕਟ ਉੱਤੇ ਇਹ ਬਈ ਜੀ ਆਪਾਂ ਨੂੰ ਪੇਟੀ ਕਿੰਨੇ ਚ ਪਾਊਗੀ ਤਿਆਰ ਹੋ ਕੇ ਇਹ JBL ਦੀ ਪੇਟੀ 1300 ਵਾਲ ਲਾ ਕੇ ਨੀਅਰ ਅਬਾਊਟ 20000 ਰੁਪਏ ਦੀ ਪੇਟੀ ਪੈ ਜਾਂਦੀ ਸਿਸਟਮ ਦੀ ਫੁੱਲ ਗਾਰੰਟੀ ਹੈ ਮਤਲਬ ਤੁਸੀਂ ਬੰਦਾ ਐਵੇਂ ਕਿ ਬੰਦੇ ਜਿਹੜੇ ਦੁਆਬੇ ਏਰੀਆ ਦੇ ਸਾਊਂਡ ਕੁਆਲਿਟੀ ਸੁਣ ਕੇ ਉਹਨਾਂ ਵਾਸਤੇ ਹੈ ਜਿਹੜੇ ਸਾਊਂਡ ਕੁਆਲਿਟੀ ਸੁਣ ਕੇ ਖੁਸ਼ ਨੇ ਤਿੱਖਾ ਪੰਨੀ ਕੀ ਰੋਲਾ ਸਾਊਂਡ ਤਾਂ ਸਹੀ ਗੱਲ ਹੈ ਉੱਚੀ ਆਵਾਜ਼ ਤਾਂ ਹੈ ਹੀ ਹਾਂ ਬੀਟ ਬਹੁਤ ਵਧੀਆ ਹੈ ਹਾਂਜੀ ਨਾਲ ਸਾਊਂਡ ਕੁਆਲਿਟੀ ਵੀ ਹੈ ਠੀਕ ਹੈ ਬਾਈ ਤੇ ਆ 9940 ਸਾਡਾ ਫੇਮਸ ਪ੍ਰੋਜੈਕਟ ਹੈ ਇੱਕ ਵਾਰ ਤੁਹਾਨੂੰ ਇਹਨੂੰ ਚਲਾ ਕੇ ਦਿਖਾਉਂਦੇ ਹਾਂ ਚਲਾ ਕੇ ਦਿਖਾਉਂਦੇ ਜਿਹਦੇ ਨਾਲ ਕਰਕੇ ਅਸੀਂ ਫੇਮਸ ਹੋਏ ਹਾਂ ਹਾਂਜੀ ਹਾਂ ਤੁਸੀਂ ਦੇਖ ਸਕਦੇ ਆ ਦੋਸਤ and Doug and Tolly. ਹਾਂਜੀ ਦੋਸਤੋ ਇਹ ਤੁਸੀਂ ਹੈੱਡਫੋਨ ਲਾ ਕੇ ਸੁਣਿਓ ਜੀ ਇਹ ਕੁਆਲਿਟੀ ਜੇ ਤੁਸੀਂ ਆਪਣੇ ਵਧੀਆ ਇਹਦਾ ਪਹਿਚਾਣ ਕਰਨੀ ਵੀ ਕੁਆਲਿਟੀ ਕਿੱਦਾਂ ਦੀ ਹੈ ਕਿੱਦਾਂ ਦੀ ਬੇਸ ਆ ਰਹੀ ਆ ਤਾਂ ਤੁਸੀਂ ਹੈੱਡਫੋਨ ਯੂਜ ਕਰਿਓ ਜ਼ਰੂਰ ਜਦੋਂ ਤੁਹਾਨੂੰ ਅਸੀਂ ਇਹ ਕੁਆਲਿਟੀ ਦਿਖਾਈਏ ਜੀ ਬਾਕੀ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਹਾਂ ਜਿਹੜੇ ਦੇਖ ਰਹੇ ਨੇ ਹਾਂਜੀ ਸਾਡਾ ਯੂਟਿਊਬ ਚੈਨਲ ਬਣਿਆ ਹੋਇਆ ਗਰਗ ਰੇਡੀਓ ਧੂਰੀ ਹਾਂਜੀ ਹਾਂਜੀ ਤੇ ਇੱਕ ਫੇਸਬੁੱਕ ਪੇਜ ਹੈ ਠੀਕ ਹੈ ਗਰਗ ਰੇਡੀਓ ਧੂਰੀ ਨਾਮ ਤੋਂ ਠੀਕ ਹੈ ਜੀ ਦੋਸਤੋ ਕੋਈ ਵੀ ਤੁਸੀਂ ਇਹ ਸੈੱਟ ਦੀ ਕੁਆਲਿਟੀ ਚੈੱਕ ਕਰਨੀ ਹੋਵੇ ਕਿਸੇ ਦੀ ਆਵਾਜ਼ ਹਰੇਕ ਸੈੱਟ ਦੀ ਆਵਾਜ਼ 'ਚ ਆਪਣੇ ਇਹਨਾਂ ਨੇ ਬਾਈ ਹੋਰਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਵੀਡੀਓ ਪਾਈਆਂ ਹੋਈਆਂ ਅਤੇ ਸੋ ਤੁਸੀਂ ਇਹ ਬਾਈ ਹੋਰਾਂ ਦਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇਵਾਂਗੇ ਜੀ ਉਹ ਚੈਨਲ 'ਤੇ ਜਾ ਕੇ ਤੁਸੀਂ ਬਾਈ ਹੋਰਾਂ ਦੀਆਂ ਹਰੇਕ ਵੀਡੀਓ ਦੇਖ ਸਕਦੇ ਹੋ ਕਾਫੀ ਵੀਡੀਓ ਪਾਈਆਂ ਹੋਈਆਂ ਹਰੇਕ ਸੈੱਟ ਦੀ 300 ਵੀਡੀਓ ਪਾਈ ਹੋਈ 300 ਵੀਡੀਓ ਪਾਈ ਹੋਈ ਆ ਸਾਰੀ ਸਿੱਟਾਂ ਦੀ ਵੀਡੀਓ ਆ ਜੀ ਵੀ ਹਰੇਕ ਸੈੱਟ ਦੀ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਤੇ ਨਾਲੇ ਕੁਆਲਿਟੀ ਦਿਖਾਈ ਹੋਈ ਹੈ ਆਹ ਦੇਖੋ ਜਿਵੇਂ ਆਹ ਕਿੱਕਰ ਵਾਲਾ ਬੂਫਰ ਆਹ ਬਲੂ ਪੰਕ ਵਾਲਾ ਬੂਫਰ ਹਾਂਜੀ ਤੇ ਉਹ ਦੂਜਾ ਬਲੂ ਪੰਕ ਨਾਲ 8 ਇੰਚੀ ਆਹ ਲਾ ਕੇ ਹੋ ਗਏ ਬਣਾਉਂਦੇ ਆ ਮਤਲਬ ਕੁਆਲਿਟੀ ਨਾਲ ਨਹੀਂ ਕੰਪਰੋਮਾਈਜ਼ ਕਰਦੇ ਠੀਕ ਹੈ ਜੀ ਇਹ ਵੀ ਡਿਮਾਂਡ ਤੇ ਤਿਆਰ ਹਾਂ ਡਿਮਾਂਡ ਤੇ ਠੀਕ ਹੈ ਜੀ ਇਹ ਕਿੰਨੇ ਦਾ ਸੈੱਟ ਤਿਆਰ ਹੋਊਗਾ ਮੰਨ ਲਓ ਜੀ ਇਹ ਨੀਅਰ ਅਬਾਊਟ 16,500 ਦਾ ਸੈੱਟ ਤਿਆਰ ਠੀਕ ਹੈ ਜੀ ਤੇ ਇਹ ਵਾਲਾ ਜੀ ਇਹ 12,000 ਰੁਪਏ ਦਾ ਸੈੱਟ ਤਿਆਰ ਹੁੰਦਾ ਠੀਕ ਹੈ ਜੀ ਤੇ ਜਿਹੜੇ ਇਹਦੇ ਚ ਸਾਦੇ ਸਪੀਕਰ ਲਾ ਰੱਖਿਆ ਹਨਾ ਜਮਾ ਇਹ ਘੱਟ ਹੋਊਗਾ ਜੀ ਨਹੀਂ ਇਹਨਾਂ ਦੀ ਸਾਊਂਡ ਕੁਆਲਿਟੀ ਹੈ ਸ਼ਿਵਾ ਕੌਣ ਆਉਂਦੀ ਹੈ ਇਹਨਾਂ 'ਚ ਮੇਨ ਤਾਂ ਅੱਜ ਕੱਲ੍ਹ ਜਿਹੜਾ ਫੇਮਸ ਹੈ ਵੈਸੇ ਉਹ ਵੇਖਣ 'ਚ ਸਾਦੇ ਜਿਵੇਂ ਪਹਿਲਾਂ ਚੱਲਦੇ ਹੁੰਦੇ ਆਪਣੇ 8 ਇੰਚੀ ਉਹ ਸਪੀਕਰ ਲੱਗਦੇ ਉਹ ਹੈ ਵੀ ਚੰਗੀ ਕੁਆਲਿਟੀ ਇਹ ਵੀ ਬਹੁਤ ਵਧੀਆ ਕੁਆਲਿਟੀ ਦੇ ਠੀਕ ਹੈ ਇਹਦਾ ਕੀ ਪ੍ਰਾਈਜ਼ ਹੈ ਇਹ ਨੀਅਰ ਅਬਾਊਟ 12,000 ਰੁਪਏ ਦੇ ਪੈਂਦਾ ਠੀਕ ਹੈ ਜੀ ਦੋਸਤੋ ਤੁਸੀਂ ਰੇਟ ਬਾਈ ਹੋਰਾਂ ਤੋਂ ਦੇਖ ਹੀ ਰਹੇ ਹਾਂ ਬਹੁਤ ਜਾਇਜ਼ ਰੇਟਾਂ 'ਤੇ ਇਹ ਡੈੱਕ ਬਾਈ ਹੋਰੀ ਸੇਲ ਕਰਦੇ ਆ ਇਹ ਐਂ ਨਹੀਂ ਆਪਾਂ ਕਹਿ ਸਕਦੇ ਵੀ ਸਸਤੇ ਆ ਡੈੱਕ ਜਾਂ ਕੁਆਲਿਟੀ ਨਹੀਂ ਕੁਆਲਿਟੀ ਦਾ ਫੁੱਲ ਹੀ ਗਰੰਟੀ ਆ ਮੈਂ ਆਪ ਖੁਦ ਟਰੈਕਟਰ 'ਤੇ ਆਪਣੇ 'ਤੇ ਯੂਜ ਕਰ ਰਿਹਾ ਜੀ ਹਾਂਜੀ ਦੋਸਤੋ ਅਤੇ ਜਿਹੜੇ ਬਾਈ ਹੋਰੀ ਸਪੀਕਰ ਯੂਜ ਕਰਦੇ ਇਹ ਵੀ ਤੁਹਾਨੂੰ ਦਿਖਾਉਣੇ ਆ ਇਹ ਦਿਖਾਇਓ ਬਾਈ ਜੀ ਇਹ 15 ਇੰਚੀ ਹੈ ਜੀ ਇਹ 15 ਇੰਚੀ ਹੈ 12 ਇੰਚੀ ਹੈ ਮੇਨ ਚੱਕਰ ਦੱਸਾ ਕੀ ਹੈ ਹਾਂਜੀ ਆਹ ਸ਼ਿਵਾ ਕੌਣ ਹੈ ਸਪੈਸ਼ਲ ਅੱਜ ਕੱਲ੍ਹ ਇਹ ਯੂਜ਼ ਹੋਣ ਲੱਗੀ ਆਹ ਲੋਗੋ ਦੇਖੋ ਹਾਂਜੀ ਲੋਗੋ ਦਿਖਾਓ ਇਹ ਯੂਜ਼ ਹੋਣ ਲੱਗੀ ਸਪੀਕਰਾਂ ਤੇ ਇਹਦੇ ਕਰਕੇ ਕੁਆਲਿਟੀ ਜ਼ਿਆਦਾ ਵੱਧ ਗਈ ਬਾਕੀ ਆ ਮੈਗਨੇਟ ਆ ਦੇਖੋ ਹਾਂਜੀ ਹੈਵੀ ਹੈ ਪੂਰਾ ਠੀਕ ਹੈ ਠੀਕ 12 ਇੰਚੀ ਨੂੰ ਹਾਂਜੀ ਪੂਰਾ ਵਧੀਆ ਸਮਾਨ ਯੂਜ਼ ਕਰੀਦਾ ਯਾਰ ਅਸੀਂ ਐ ਕਹਿੰਨੇ ਕਿ ਜਿਹੜਾ ਹੋਲਸੇਲ ਬੰਦਰ ਹੈ ਕਿ ਤੁਸੀਂ ਆਪ ਵੀ ਯੂਜ਼ ਕਰਦੇ ਹੋ ਤੇ ਸਾਡੀ ਕੁਆਲਿਟੀ ਵੀ ਇੱਕ ਵਾਰ ਨਾਲ ਲੈ ਕੇ ਜਾਓ ਸਪੀਕਰਾਂ ਦੀ ਬੋਰਡ ਤਾਂ ਲੋਕ ਸਾਡੇ ਤੋਂ ਲੈ ਕੇ ਜਾਂਦੇ ਨੇ ਜਿਵੇਂ ਆ ਆ 9940 ਬੋਰਡ ਹੈ ਅੱਛਾ ਜੀ ਇਹ ਲੋਕ ਓਵਰਆਲ ਇੰਡੀਆ ਬੋਰਡ ਸਾਡਾ ਜਾਂਦਾ ਹੈ ਅੱਛਾ ਤੁਹਾਡੇ ਤੋਂ ਜਾ ਕੇ ਗਾਂ ਲੋਕ ਤਿਆਰ ਕਰਕੇ ਸੇਲ ਕਰਦੇ ਨੇ ਜਿਵੇਂ ਆ ਬੋਰਡ ਹੈ ਆ ਦੋ ਬੋਰਡਾਂ ਦੀ ਤਾਂ ਸਾਡੀ ਮੋਨੋਪੋਲੀ ਹੈ ਪੂਰੀ ਠੀਕ ਹੈ 9940 ਮੈਂ ਗੱਲ ਨਹੀਂ ਕਰ ਰਿਹਾ ਸੀ ਪਹਿਲਾਂ ਜੀ ਹਾਂ ਹਾਂ ਉਹ ਆਪਣੇ 10 ਇੰਚੀ ਚਲਾਉਣੇ ਹਾਂ ਹਾਂ 4 ਮੋਸਫੈਟ ਹੈ ਇਹ 8 ਮੋਸਫੈਟ ਹੈ 12 ਇੰਚੀ ਲਈ ਹੁੰਦਾ ਠੀਕ ਹੈ ਇਹ 8 ਮੋਸਫੈਟ 12 ਇੰਚੀ ਵਾਸਤੇ ਹੈ
छोटी पूरी बेस्ट मतलब कंपेयर किया मेन मैं पहली गल लाइफ प्रोडक्ट की लाइफ भी चलते लंबा जाए माड़ी चीज देवे बी अपना किन्ना दूजी सो ये बाई होरी तैयार कर रहे हैं जी ये तुसी देख सकते हो डेक की बाडी भी पूरी वधिया हैवी च तैयार कर रहे हैं जो लकड़ यूज करते हैं तो ये भी बाई तुसी वधिया यूज करते हैं कि प्लाई होती है कि होंगे जी ये प्लाई बोर्ड होंगे पूरा हैवी ठीक है यार पौने इंची प्लाई बोर्ड लगे है ताही वो फिर इन्हें चलने देख सकते हैं इसकी मोटाई दिखाओ भरे इसकी पूरी वधिया हैवी बोर्ड लगे हुआ है जी किसी पास कंप्लेट नहीं आती एक मैं थोड़े ना होर गल ऐड कर रही हूँ अपने भी ट्रैक्टर से लग्या हो छतरी के नाल तो उपर आप झोना झाना वढ़ असं अक्सर ही आम चढ़ जाने तो उन्होंने हजे ताई कोई प्रॉब्लम नहीं आएगी तुम देख सकते हैं जिदा अपने मेरे इंस्टाग्राम से वीडियो भी पाइं उपर खड़े खुड़िया दी तो उन्होंने कुछ नहीं होया हजे तक ये उपर खड़ जाइए तो कोई कंप्लेट नहीं आई कद राजस्थान का बंदा आ रहा कोई अच्छा जी ओदे वास्ते तैयार किया हुआ समान एक बंदे नहीं लगे ठीक है मोनोपोली है दो सर्कट की मोनोपोली है बेल नहीं है रिसर्च चल रही है किवे लाया जाए कि क्वालिटी कढ़ी जाए तो लोगों नालों वधिया ते सस्ता किवे प्रोवाइड किया जाए बहुत वड्डी गल है ਵੀ ਆਪਾਂ ਰੇਟ ਵੀ ਜਾਇਜ਼ ਲੈਣਾ ਤੇ ਅਗਲੇ ਨੂੰ ਕੁਆਲਿਟੀ ਵੀ ਵਧੀਆ ਹੈ ਵੀ ਦੇਣੀ ਠੀਕ ਹੈ ਬਾਈ ਜੀ ਦੋਸਤੋ ਤੁਸੀਂ ਦੇਖ ਸਕਦੇ ਆ ਇਹ ਕਿੰਨੇ ਸੈੱਟ ਸਾਰੇ ਤਿਆਰ ਕੀਤੇ ਹੋਏ ਬਾਈ ਹੋਰਾਂ ਨੇ ਤੇ ਇਹ ਸਾਰੇ ਬਾਈ ਹੋਰੀ ਕਹਿੰਦੇ ਇਹ ਨਿੱਤ ਬਦਲਦੇ ਆ ਇੱਥੋਂ ਇੱਕ ਜਾਂ ਦੋ ਦਿਨਾਂ 'ਚ ਇਹ ਸਾਰੇ ਚੇਂਜ ਹੋ ਜਾਂਦੇ ਨਵੇਂ ਲਿਆ ਕੇ ਰੱਖਣੇ ਪੈਂਦੇ ਬਾਈ ਹੋਰਾਂ ਦਾ ਗੋਦਾਮ ਉਹ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਤਿਆਰ ਕਰ ਕਰ ਰੱਖੀ ਜਾਂਦੇ ਨਾਲ ਦੀ ਨਾਲ ਇਹ ਚੱਲੀ ਜਾਂਦੇ ਆ ਹਾਂਜੀ ਬਾਈ ਕਿਆ ਨਾਮ ਆਪਕਾ ਹੇਮੰਤ ਨਾਮ ਹੋ ਗਿਆ ठीक है ते आप कहाँ से आओ ये डिक लेने जज्जर हरियाणा से आए हो जज्जर हरियाणा से पहले भी कोई डिक ले गए कि पहली बार आए हो नहीं पहले तो नहीं आए थे अभी आए हैं भैया ठीक है हाँ पहली बार आए हो हाँ पहली बार आपको कहाँ से पता लगा इनका ये यूट्यूब पे देखा था अच्छा साउंड क्वालिटी ठीक है भैया ठीक है अभी आके देखा तो सही है अच्छा आपको इन्होंने चला के दिखाया होगा साउंड क्वालिटी अच्छी लगी हाँ बिल्कुल बहुत बढ़िया है अच्छा तो आपने ये पसंद किया हाँ जी ये पसंद किया ठीक है चलो ठीक है कितने किलोमीटर पड़ता आपको यहाँ ये 250 के करीब पड़ता है भैया अच्छा 250 मीटर किलोमीटर से आए इतनी दूर से ठीक है जी चलो बाकी बाइक की मैनेजमेंट अच्छी लगी हाँ बिल्कुल एक नंबर बढ़िया भाई है ठीक है बढ़िया सेवा पानी की भैया ठीक है भाई साहब ठीक है जी थैंक यू चली जाते सो ठीक है भाई जी ओके समा देने बहुत बहुत धन्यवाद जी धन्यवाद भी थोड़ा आने लिए भी हाँ जी धन्यवाद जी ठीक है दोस्तों हाँ जी दोस्तों वीडियो किद्दां दी लगी कमेंट करके जरूर दसना होर वीडियो दे लई अपना चैनल सबसक्राइब कर लो कोई भी ट्रैक्टर या खेतीबाड़ी संद खरीदण या वेचण लई अपना दूजा चैनल सबसक्राइब कर लो जी चैनल दे अबाउट विच दित्ता होया ओह वी ते खेती जिंदाबाद चैनल है थैंक यू सो मच जी